ਸਾਡਾ ਫਰਜ਼ ਬਣਦਾ ਕਿ ਦਿੱਲੀ ਮੋਰਚਾ ਮਜ਼ਬੂਤ ਜੇ ਕਰਨਾ ਅਤੇ ਸਮੇਂ ਸਮੇਂ 'ਤੇ ਸਾਨੂੰ ਕਾਫਲੇ ਜਿਹੜੇ ਉਹ ਦਿੱਲੀ ਵੱਲ ਨੂੰ ਲੈ ਕੇ ਜਾਣੇ ਪੈਣੇ। ਬਿਲਕੁਲ, ਕਰਨਾਲ ਉਸ ਮੈਚ ਦਾ ਸਮਝ ਲਓ ਸੈਮੀਫਾਈਨਲ ਸੀ, ਫਾਈਨਲ ਰਹਿੰਦਾ। ਜੇ ਸੈਮੀਫਾਈਨਲ ਅਸੀਂ ਜਿੱਤ ਲਿਆ ਤਾਂ ਫਾਈਨਲ ਉਦੋਂ ਬਹੁਤ ਜ਼ਿਆਦਾ ਜ਼ਬਰਦਸਤ ਤਰੀਕੇ ਨਾਲ ਜਿੱਤਾਂਗੇ। ਅਸਲ ਤਾਂ ਲੋਕਾਂ ਦੇ ਵਿੱਚ ਅਸਲ ਇਹ ਜਿਹੜਾ ਦਫਾੜ ਪਾ ਰਹੇ ਸਿਆਸੀ ਬੰਦੇ ਪਾ ਰਹੇ। ਅੱਜ ਅਸੀਂ ਫਤਿਹਗੜ੍ਹ ਸਾਹਿਬ ਤੋਂ ਇੱਕ ਵੱਡਾ ਕਾਫਲਾ ਲੈ ਕੇ ਚੱਲੇ ਹਾਂ ਦਿੱਲੀ ਮੋਰਚੇ ਵੱਲ। ਮੇਰੇ ਨਾਲ ਬਾਈ ਖੜਾ ਅਮਰਿੰਦਰ ਸਿੰਘ ਲਿਮੜਾ, ਇਹਨਾਂ ਨੇ ਬਹੁਤ ਮਿਹਨਤ ਕੀਤੀ, ਪਿੰਡਾਂ ਪਿੰਡਾਂ ਜਾ ਕੇ ਲੋਕਾਂ ਨੂੰ ਲਾਮਬੰਦ ਵੀ ਕੀਤਾ ਸੀ, ਇਹਨਾਂ ਨਾਲ ਗੱਲ ਕੀਤੀ ਵੀ ਅਸੀਂ ਤੁਹਾਡੀ ਧਰਤੀ 'ਤੇ ਕਾਫਲਾ ਲਿਜਾਣਾ ਚਾਹੁੰਦੇ ਹਾਂ, ਉੱਥੋਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ। ਅਤੇ ਕਹਿੰਦੇ ਵੀ ਆਓ ਜੀ ਆਇਆਂ ਨੂੰ, ਅਸੀਂ ਇੱਥੇ ਸਾਰੀ ਮਿਹਨਤ ਮਸ਼ਕਤ ਕਰਦੇ ਹਾਂ। ਇਹਨਾਂ ਨੇ ਪਿੰਡਾਂ ਦੇ ਵਿੱਚ ਹੋਕੇ ਦਵਾ ਕੇ ਮਿਹਨਤ ਮਸ਼ਕਤ ਕਰਕੇ ਅੱਜ ਨੌਜਵਾਨੀ ਨੂੰ, ਲੋਕਾਂ ਨੂੰ ਇਕੱਠੇ ਕਰਕੇ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਮੁਲਾਜ਼ਮਾਂ ਨੂੰ, ਸਾਰੇ ਭਾਈਚਾਰੇ ਦੇ ਲੋਕਾਂ ਨੂੰ ਅਸੀਂ ਉੱਥੇ ਲੈ ਕੇ ਚੱਲੇ ਹਾਂ। ਸਾਡਾ ਫਰਜ਼ ਬਣਦਾ ਕਿ ਦਿੱਲੀ ਮੋਰਚਾ ਮਜ਼ਬੂਤ ਜੇ ਕਰਨਾ ਅਤੇ ਸਮੇਂ ਸਮੇਂ 'ਤੇ ਸਾਨੂੰ ਕਾਫਲੇ ਜਿਹੜੇ ਉਹ ਦਿੱਲੀ ਵੱਲ ਨੂੰ ਲੈ ਕੇ ਜਾਣੇ ਪੈਣੇ। ਕਰਨਾਲ 'ਚੋਂ ਜਿੱਤ ਹੋ ਗਈ, ਹੁਣ ਲੱਗਦਾ ਵੀ ਦਿੱਲੀ 'ਚ ਵੀ ਜਲਦੀ ਜਿੱਤ ਹੋ ਗਈ। ਬਿਲਕੁਲ, ਕਰਨਾਲ ਉਸ ਮੈਚ ਦਾ ਸਮਝ ਲਓ ਸੈਮੀਫਾਈਨਲ ਸੀ, ਫਾਈਨਲ ਰਹਿੰਦਾ। ਜੇ ਸੈਮੀਫਾਈਨਲ ਅਸੀਂ ਜਿੱਤ ਲਿਆ ਤਾਂ ਫਾਈਨਲ ਉਦੋਂ ਬਹੁਤ ਜ਼ਿਆਦਾ ਜ਼ਬਰਦਸਤ ਤਰੀਕੇ ਨਾਲ ਜਿੱਤਾਂਗੇ। ਨਹੀਂ ਭਾਈ, ਤੁਸੀਂ ਅੱਜ ਮੈਂ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ, ਕੱਲ੍ਹ ਨੂੰ ਇੱਥੋਂ ਕਹਿ ਦੇਣਗੇ ਮੈਂ ਇੱਥੋਂ ਲੜ ਰਿਹਾ, 16 ਨੂੰ ਮੈਂ ਮਾਝੇ ਜਾਣਾ ਬਿਲਕੁਲ ਉਹ ਲੋਕ ਕਹਿਣਗੇ ਉੱਥੋਂ ਲੜ ਰਿਹਾ, ਕਦੇ ਮੈਂ ਬਠਿੰਡੇ ਉਹਨਾਂ ਨਾਲ ਉੱਥੋਂ ਪੱਤਰਕਾਰ ਕਹਿੰਦੇ ਉੱਥੋਂ ਲੜ ਰਿਹਾ, ਮੈਂ ਤਾਂ ਕਦੇ ਗੱਲ ਨਹੀਂ ਕੀਤੀ ਮੈਂ ਚੋਣ ਲੜ ਰਿਹਾ। ਹਾਂ, ਇੱਕ ਗੱਲ ਮੈਂ ਫਿਰ ਕਹਿਣਾ, ਮੈਂ ਇਸ ਗੱਲ ਤੋਂ ਕਦੇ ਮੁਨਕਰ ਨਹੀਂ ਹੋਇਆ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਕਿ ਰਾਜਨੀਤਿਕ ਬਦਲਾਅ ਵੀ ਪੰਜਾਬ ਜ਼ਰੂਰੀ ਹੈ। ਜਿੱਥੇ ਅਸੀਂ ਹੋਰ ਬਦਲਾਵਾਂ ਦੀ ਗੱਲ ਕਰਦੇ ਹਾਂ, ਰਾਜਨੀਤਿਕ ਬਦਲਾਅ ਵੀ ਹੋਣਾ ਚਾਹੀਦਾ, ਪਰ ਬਦਲਾਅ ਹੋਵੇ ਚੰਗੇ ਬੰਦੇ ਇਕੱਠੇ ਹੋ ਕੇ ਬਦਲਾਅ ਲੈ ਕੇ ਆਉਣ। ਹਾਂ, ਜੇ ਪਹਿਲਾਂ ਹੀ ਮਾੜੇ ਆ ਇੱਕ ਹੋਰ ਮਾੜੀ ਧਿਰ ਆ ਕੇ ਬਦਲਾਅ ਲਿਆਉਂਦੀ ਹੈ ਤਾਂ ਉਹ ਠੀਕ ਹੈ। ਜਦੋਂ ਆਪਾਂ, ਮੇਰੀ ਗੱਲ ਸੁਣ, ਸਾਰਾ ਧਿਆਨ ਆਪਣਾ ਕੇਂਦਰ ਦਾ ਮੋਰਚੇ ਤੇ, ਹੈ ਨਾ, ਤਾਂ ਫਿਰ ਅਸੀਂ ਇਲੈਕਸ਼ਨ ਲੜਨ ਦੀ ਕਿੱਥੋਂ ਸੋਚਾਂਗੇ। ਬੜਾ ਕੁਛ ਹੋਣਾ, ਕਰਨਾਲ ਦੇ ਵਿੱਚ ਵੀ ਮੋਰਚੇ ਨੂੰ ਦਫਾੜ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਕਿ ਮੋਰਚਾ ਪੱਟ ਕੇ ਦਿੱਲੀਓਂ ਹਰਿਆਣੇ 'ਚ ਆ ਜਾਏ, ਪਰ ਸਾਡੇ ਉੱਥੇ ਆਗੂ ਇਸ ਗੱਲ ਤੋਂ ਸੁਚੇਤ ਰਹੇ, ਚੰਗੇ ਰਹੇ ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਸੰਭਾਲਿਆ। ਜਿਹੜੀਆਂ ਇੱਥੇ ਡਾਂਗਾਂ ਵੱਜਦੀਆਂ ਨੇ ਉਹ ਵੀ ਲੋਕਾਂ ਨੂੰ ਭੜਕਾ, ਅਸਲ ਤਾਂ ਲੋਕਾਂ ਦੇ ਵਿੱਚ ਅਸਲ ਇਹ ਜਿਹੜਾ ਦਫਾੜ ਪਾ ਰਹੇ ਸਿਆਸੀ ਬੰਦੇ ਪਾ ਰਹੇ। ਹੁਣ ਮੰਨ ਲਓ ਰੈਲੀ ਕਰ ਰਹੇ ਆ, ਚਾਹੇ ਕਾਂਗਰਸ ਕਰ ਰਹੀ ਹੈ, ਚਾਹੇ ਬਾਦਲ ਵਾਲੇ ਕਰ ਰਹੇ ਆ, ਉਹ ਰੈਲੀ ਦੇ ਵਿੱਚ ਅੱਧੇ ਪਿੰਡ ਵਾਲੇ ਕਹਿਣਗੇ ਅਸੀਂ ਜਾਣਾ, ਅੱਧੇ ਵਿਰੋਧ ਕਰਨਗੇ, ਹੋ ਗਿਆ ਨਾ ਟਕਰਾਅ। ਹੁਣ ਪਿੰਡਾਂ 'ਚ ਲੜੀ ਜਾਂਦੇ ਨੇ ਲੋਕ ਵੀ ਯਾਰ, ਹਾਂ ਇੱਕ ਕਹਿੰਦਾ ਮੈਂ ਲੀਡਰ ਨੂੰ ਸੱਦੂੰਗਾ, ਦੂਜੇ ਕਹਿੰਦਾ ਬੁਲਾ ਕੇ ਦਿਖਾ, ਇਹ ਕਹਿੰਦਾ ਮੈਂ ਜਾਊਂਗਾ, ਦੂਜੇ ਨੂੰ ਲਾਹਣ ਤਾਂ ਪਾਉਂਦੇ ਵੀ ਤੁਸੀਂ ਗਦਾਰ ਹੋ। ਸੋ ਇਹ ਲੋਕਾਂ ਦੇ ਵਿੱਚ ਇਹ ਚਾਹੁੰਦੇ ਨੇ ਵੀ ਲੋਕਾਂ ਨੂੰ ਦਫਾੜ ਕਰ ਦਿਓ, ਭਾਈਚਾਰਾ ਪਹਿਲਾਂ ਹੀ ਤਾਰ ਤਾਰ ਹੋਏ ਪਏ ਆ, ਪਹਿਲਾਂ ਹੀ ਲੋਕ ਤਾਂ ਪਾਟੇ ਪਏ ਨੇ। ਸੋ ਇਹ ਇਸ ਕਰਕੇ ਇਹਨਾਂ ਦੇ ਇਹ ਪ੍ਰੋਗਰਾਮ ਨੇ, ਇਹਨਾਂ ਦੇ ਏਜੰਡੇ ਨੇ, ਇਹਨਾਂ ਦੀ ਨੀਤੀ ਆ ਵੀ ਕਿਵੇਂ ਲੋਕਾਂ ਨੂੰ ਨਖੇੜ ਕੇ ਅਸੀਂ ਵੋਟਾਂ ਲੈਣੀਆਂ ਨੇ। ਸੋ ਮੈਂ ਲੋਕਾਂ ਨੂੰ ਅਪੀਲ ਕਰਦਾ, ਇਹਨਾਂ ਨੇ ਝਾਂਸੇ 'ਚ ਨਾ ਆਓ, ਮਸਲਾ ਬਹੁਤ ਵੱਡਾ, ਪੰਜਾਬ ਦੀ, ਪੰਜਾਬੀਅਤ ਦੀ ਹੋਣ ਦੀ ਲੜਾਈ ਹੈ, ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਦੀ ਲੜਾਈ ਹੈ। ਸੋ ਇਸ ਲਈ ਆਪਾਂ ਇਕੱਠੇ ਹੋ ਕੇ ਲੜੀਏ, ਕਿਉਂਕਿ ਜੇ ਆਪਾਂ ਅੱਜ ਨਾ ਇਕੱਠੇ ਹੋਏ, ਆਪਣਾ ਨਾ ਕਿਸੇ ਤਰੀਕੇ ਨਾਲ ਜਿੱਤ ਸਕੇ, ਤਾਂ ਇਸ ਪੰਜਾਬ ਨੇ, ਪੰਜਾਬੀਅਤ ਨੇ, ਇਹਨਾਂ ਲੋਕਾਂ ਨੇ ਸਾਡੀ ਇਹ ਪੂਰੀ ਸੱਭਿਆਚਾਰਾ ਜੜਾ ਕਰ ਦੇਣਾ, ਇਹ ਗੱਲ ਦਾ ਖਿਆਲ। ਸਰ 2022 ਨੂੰ ਲੈ ਕੇ ਕੋਈ ਰਣਨੀਤੀ ਤੈਅ ਕਰ ਰਹੇ ਹੋ ਤੁਸੀਂ? ਨਹੀਂ ਬਾਈ, ਨਹੀਂ ਨਹੀਂ ਕੋਈ ਰਣਨੀਤੀ, ਸਾਡੀ ਨੀਤੀ ਸਿਰਫ ਇੰਨੀ ਆ ਵੀ ਮੋਰਚਾ ਜਿੱਤੇ। ਜੇਕਰ ਨਹੀਂ 2022 ਤੱਕ ਸੋਲਵ ਆਊਟ ਉਮਰ ਤੇਜ਼ ਕਰਨ ਲਈ ਕਿਸਾਨ ਆਗੂਆਂ ਨਾਲ ਜਾ ਕੇ ਬੈਠਦੇ ਹਾਂ, ਦਿੱਲੀ ਮੀਟਿੰਗ ਕਰਦੇ ਹਾਂ ਵੀ ਇਹਨੂੰ ਕੋਈ ਨਾ ਕੋਈ ਅੱਗੇ
ਤੇਜ਼ੀ ਦਿਓ, ਕੋਈ ਇਹੋ ਜਿਹਾ ਪ੍ਰੋਗਰਾਮ ਦਿਓ ਜਿਹਦਾ ਸਰਕਾਰ ਹਿੱਲੇ, ਉਹਨੂੰ ਸੇਕ ਲੱਗੇ, ਤਾਂ ਇਹ ਗੱਲਬਾਤ ਸ਼ੁਰੂ ਹੋ ਕੇ ਇਹ ਜਿਹੜੇ ਕਾਨੂੰਨ ਆ ਰੱਦ ਹੋ ਗਏ। 27 ਤਰੀਕ ਭਾਰਤ ਬੰਦ ਦਾ ਕੋਸ਼ਿਸ਼ ਹੈ ਕਿ ਪੂਰੇ ਭਾਰਤ ਦੇ ਵਿੱਚ ਪੂਰਾ ਚੱਕਾ ਜਾਮ ਹੋਣਾ ਚਾਹੀਦਾ, ਬੰਦ ਹੋਣਾ ਚਾਹੀਦਾ। ਇਕੱਲਾ ਚੱਕਾ ਹੀ ਨਹੀਂ, ਉਹ ਸਾਰੀਆਂ ਦੁਕਾਨਾਂ, ਫੈਕਟਰੀਆਂ ਜੋ ਵੀ ਹੈ ਸਾਰਾ ਕੁਛ ਬੰਦ ਹੋਣਾ ਚਾਹੀਦਾ, ਕਿਉਂਕਿ ਮਸਲਾ ਇਕੱਲੀ ਕਿਸਾਨੀ ਦਾ ਨਹੀਂ ਹੈ, ਇਕੱਲੇ ਮਜ਼ਦੂਰੀ ਦਾ ਨਹੀਂ ਹੈ, ਇਹ ਦੁਕਾਨਦਾਰ ਵੀ ਪੀਸਿਆ ਜਾ ਰਿਹਾ, ਇਹ ਰੇਹੜੀਆਂ ਵਾਲੇ ਵੀ ਪੀਸੇ ਜਾ ਰਹੇ ਨੇ, ਇਹ 'ਚ ਹਰ ਬੰਦਾ ਪੀਸਿਆ ਜਾ ਰਿਹਾ, ਰਗੜਿਆ ਜਾ ਰਿਹਾ। ਸੋ ਇਹ ਲੜਾਈ ਪੂਰੇ ਭਾਰਤ ਦੇ ਹਰ ਇੱਕ ਇਨਸਾਨ ਦੀ, ਹਰ ਇੱਕ ਵਰਗ ਦੀ ਲੜਾਈ ਹੈ। ਨਹੀਂ, ਸਿਆਸੀ ਪਾਰਟੀਆਂ ਜਿਹੜੀਆਂ ਪ੍ਰੋਗਰਾਮ ਬੰਦ ਕੀਤੇ ਨੇ ਸੰਯੁਕਤ ਮੋਰਚੇ ਨੇ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਚਾਹੀਦੇ ਨੇ, ਦੇਖੋ ਮੈਂ ਕਹਿੰਦਾ ਸੰਯੁਕਤ ਮੋਰਚੇ ਨੇ ਜੋ ਫੈਸਲਾ ਲਿਆ ਬਹੁਤ ਵਧੀਆ, ਕਿ ਤੁਸੀਂ ਜਿਹੜਾ ਵੀ ਰੈਲੀ ਕਰੂਗਾ ਉਹ ਸਾਡਾ ਵਿਰੋਧੀ ਹੋਊਗਾ ਮੋਰਚੇ। ਪਰ ਨਾਲ ਦੀ ਨਾਲ ਇੱਕ ਮੈਂ ਜ਼ਰੂਰ ਕਹੂੰਗਾ ਕਿ ਸਾਡੇ ਆਗੂਆਂ ਨੂੰ, ਕਿਸਾਨ ਆਗੂਆਂ ਨੂੰ, ਸਿਆਸੀ ਬੰਦਿਆਂ ਕੋਲ ਸਵਾਲ ਰੱਖਣੇ ਚਾਹੀਦੇ ਸੀ ਕਿ ਸਾਡੇ ਕੋਲ ਆਹ ਸਵਾਲ ਹੈ, ਬਾਦਲ ਕੋਲ ਸਵਾਲ ਨੇ, ਬਾਦਲ ਦੇ ਅੱਗੇ ਸਵਾਲ ਆ, 5 ਵਾਰੀ ਬਾਦਲ ਮੁੱਖ ਮੰਤਰੀ ਰਹੇਗਾ, ਉਹਦਾ ਕਿੰਨਾ ਕਾਰਜਕਾਲ ਹੈ, ਉਹਨੇ ਪੰਜਾਬ ਲਈ ਕੀ ਕੀਤਾ, ਚੰਗਾ ਕੀਤਾ, ਕਿਹੜਾ ਮਾੜਾ ਕੀਤਾ, ਕਾਂਗਰਸ ਦੀ ਕਿੰਨੇ ਵਾਰੀ ਸਰਕਾਰ ਆ ਗਈ, ਕੈਪਟਨ 2 ਵਾਰੀ ਆ ਗਿਆ, ਇਹਨੇ ਕੀ ਕੀਤਾ, ਚੰਗਾ ਕੀਤਾ, ਮਾੜਾ ਕੀਤਾ, ਇਹ ਸਾਰੇ ਸਵਾਲ ਉੱਥੇ ਲਿਸਟ ਵਾਈਜ਼ ਹੋਣੇ ਚਾਹੀਦੇ ਸੀ। ਇਹ ਸਾਡੇ ਲੋਕਾਂ ਦੇ ਸਵਾਲ ਨੇ, ਉਹ ਨਹੀਂ ਹੋਏ, ਉਹ ਜਦੋਂ ਲੀਡਰ ਪਿੰਡਾਂ 'ਚ ਆਉਣਗੇ ਤਾਂ ਸਾਡੇ ਲੋਕ ਸਵਾਲ ਰੱਖਣਗੇ, ਫਿਰ ਇਹ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਆਪਦੇ ਬੰਦਿਆਂ ਨੂੰ ਸੱਟਾਂ ਵਰਗਾਉਂਦੇ ਨੇ, ਧਮਕੀਆਂ ਖੁਦ ਦਿੰਦੇ ਨੇ, ਫਿਰ ਪੁਲਿਸ ਡਾਂਗਾ ਮਾਰਦੀ ਸਾਡੇ ਬੰਦਿਆਂ ਦੇ, ਤਾਂ ਉੱਥੇ ਟਕਰਾਅ ਪੈਦਾ ਹੁੰਦਾ, ਉਹ ਟਕਰਾਅ ਦੇ ਵਿੱਚ ਕਿਸੇ ਬੰਦੇ ਦੀ ਕੱਲ੍ਹ ਨੂੰ ਜਾਨੀ ਮਾਲੀ ਨੁਕਸਾਨ ਹੋ ਸਕਦਾ, ਉਹਦੇ ਜ਼ਿੰਮੇਵਾਰ ਫਿਰ ਇਹੀ ਲੋਕ ਨੇ ਕਿ ਖੜ ਨਹੀਂ ਸਕਦੇ, ਇੱਡਾ ਕਿਹੜਾ ਯਾਰ ਬਹਾ ਪਿਆ ਵੀ ਤੁਸੀਂ ਬਾਈ 'ਚ ਹਲੇ ਟਾਈਮ ਪਿਆ, ਖੜ ਜਾਓ, ਜਦੋਂ ਵੋਟ ਕਾਰਡ ਲਾ ਕੇ ਤੁਸੀਂ ਆਪਦਾ ਕਰ ਲਿਓ ਪ੍ਰਚਾਰ, ਉਦੋਂ ਪਹਿਲੇ ਤੁਸੀਂ ਚੱਲ ਪਏ ਆ ਲਾ ਕੇ ਜੋੜੇ। ਸੋ ਇਸ ਕਰਕੇ ਇਹਨਾਂ ਲੋਕਾਂ ਦਾ ਕਿਸੇ ਨਾਲ ਕੋਈ ਦੋਲਣ ਨਾਲ ਕੋਈ ਸਰੋਕਾਰ ਨਹੀਂ, ਸਿਰਫ ਬਾਈ ਦੇ ਵਿੱਚ ਇਹਨਾਂ ਸੱਤਾ ਪ੍ਰਾਪਤ ਕਰਨੀ ਹੈ, ਉਹਦੇ ਲਈ ਤਾਂ ਮੱਛੀ ਹੋਈ। ਇੱਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਵੀ ਜਿਹੜੇ ਸਿਆਸੀ ਪਾਰਟੀਆਂ ਉਹਨਾਂ ਨੂੰ ਇਕੱਠੀ ਮੀਟਿੰਗ ਹੋਣੀ ਚਾਹੀਦੀ ਸੀ, ਵੱਖ ਵੱਖ ਕਰਨਾ ਵੀ ਗਲਤ ਆ। ਮੈਂ ਵੀ ਉਹੀ ਕਹਿੰਦਾ, ਸਾਰੀਆਂ ਧਿਰਾਂ ਨੂੰ ਕਿਸਾਨ ਆਗੂ ਬੈਠਣ, 5 ਬੰਦੇ ਚੁਣ ਲੈਣ ਕਿਸਾਨ ਆਪਦੇ 'ਚੋਂ, ਸਾਰੀਆਂ ਧਿਰਾਂ ਦੇ 2-2 ਨੁਮਾਇੰਦੇ ਚੁਣ ਲੈਣ, ਸਾਰੀਆਂ ਧਿਰਾਂ ਨੂੰ ਵਾਰੀ ਵਾਰੀ ਸਵਾਲ ਹੋਣ, ਉਹਦਾ ਸਿੱਧਾ ਪ੍ਰਸਾਰਣ ਹੋਵੇ, ਲੋਕਾਂ ਦਾ ਗੱਲ ਜਾਵੇ ਸਾਡੇ ਆਗੂ ਕੀ ਸਵਾਲ ਪੁੱਛ ਰਹੇ ਨੇ ਅਤੇ ਅੱਗੋਂ ਕੀ ਜਵਾਬ ਦੇ ਜਵਾਬ ਦੇ ਵੀ ਰਹੇ ਨੇ, ਗੋਲ ਕਰ ਰਹੇ ਨੇ। ਕਿਹਨੇ ਦੇਣੀਆਂ ਵੀਰੇ, ਕਿਹਨੇ ਦੇਣੀਆਂ? ਦੇਖੋ ਸਾਡੇ ਲੋਕ ਤਾਂ ਪਹਾੜ ਮੰਗਦੇ, ਅਸੀਂ ਤਾਂ ਫਿਰ ਗਧੇੜੇ ਚੜ੍ਹ ਗਏ ਆ ਕੇ ਬਾਦਲਾਂ ਦੇ, ਕਾਂਗਰਸੀਆਂ ਦੇ। ਕੀ ਮੈਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਵਾ, ਜਿਹੜੇ ਤੁਸੀਂ ਰੈਲੀਆਂ 'ਤੇ ਜਾਂਦੇ ਹੋ, ਲੜਦੇ ਆ ਆਪਦੇ ਲੋਕਾਂ ਦੇ ਸਿਰ ਪਾੜਦੇ ਹੋ, ਗਾਲਾਂ ਕੱਢਦੇ ਹੋ, ਪਿੰਡਾਂ 'ਚ ਭਾਈਚਾਰਾ ਤੋੜਦੇ ਆ, ਆਪਾਂ ਮੋਰਚਾ ਫਤਿਹ ਕਰ ਲਿਆ? ਪੰਜਾਬ ਨੇ ਪਹਿਲ ਕੀਤੀ, ਪੰਜਾਬ ਨੇ ਪੂਰੀ ਦੁਨੀਆ ਹਿਲਾਈ ਇਸ ਮੋਰਚੇ ਨੂੰ, ਪੂਰਾ ਭਾਰਤ ਇਕੱਠਾ ਕਰ ਲਿਆ ਇਕੱਠਾ ਪੰਜਾਬ ਦੇ ਲੋਕਾਂ ਦੇ, ਸਭ ਤੋਂ ਵੱਧ ਜਾਣੇ ਉੱਥੇ ਸ਼ਹੀਦ ਹੋਏ ਪੰਜਾਬ ਦੇ ਹੋਏ, ਸਭ ਤੋਂ ਵੱਧ ਪੈਸਾ ਲੱਗਿਆ ਪੰਜਾਬੀਆਂ ਦਾ ਲੱਗਿਆ, ਅਤੇ ਅੱਜ ਪੰਜਾਬੀ ਚੁੱਪ ਕਰ ਘਰਾਂ 'ਚ ਬਹਿ ਕੇ ਝੰਡੇ ਡੰਡੇ ਇਹਨਾਂ ਪਾਰਟੀਆਂ ਦੇ ਪਾ ਲਏ, ਕਿਉਂ ਬਈ? ਆ ਹਰਿਆਣੇ ਵਾਲੇ ਦੇਖੋ, ਜੇ ਇੱਕ ਕਹਿੰਦੇ ਸੀ ਨਾ ਕਰਨਾਲ ਦੇ ਵਿੱਚ ਕਿ ਅਸੀਂ ਇੱਥੇ ਪੱਤਾ ਨਹੀਂ ਹਿੱਲਣ ਦੇਵਾਂਗੇ, ਅਤੇ ਧੌਣ 'ਤੇ ਗੋਡਾ ਰੱਖ ਕੇ ਜਾ ਕੇ ਸਿਕਰੀਟ ਮੂਹਰੇ ਬੈਠੇ ਆ ਅਤੇ ਮੰਗਾਂ ਮਨਾ ਕੇ ਉੱਠੇ, ਅਤੇ ਸਾਡੇ ਵਾਲੇ ਅਸੀਂ ਪਾਟੇ ਪਾਈ। ਓਕੇ ਜੀ, ਹਾਂ ਬਿਲਕੁਲ ਠੀਕ ਹੈ ਬਈ। ਫਤਿਹਗੜ੍ਹ ਸਾਹਿਬ ਤੋਂ ਅਸੀਂ ਬਹੁਤ ਵੱਡਾ ਕਾਫਲਾ ਲੱਖੇ ਬਾਈ ਦੀ ਅਗਵਾਈ ਨਾਲ ਹੀ ਲੈ ਕੇ ਜਾ ਰਹੇ ਹਾਂ। ਮੈਂ ਲੱਖੇ ਬਾਈ ਜੀ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਫਤਿਹਗੜ੍ਹ ਸਾਹਿਬ ਤੋਂ ਇੱਕ ਵੱਡਾ ਕਾਫਲਾ ਆਪਾਂ ਇੱਥੋਂ ਤਿਆਰ ਕਰੀਏ ਜਿਹੜਾ ਦਿੱਲੀ ਪਹੁੰਚੇ, ਤਾਂ ਇਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਦੇ ਹੋਏ ਇੱਥੋਂ ਆਏ ਨੇ ਇਹਨਾਂ ਨੂੰ ਜੀਆਂ ਨੂੰ, ਔਰ ਮੈਂ ਆਸ ਕਰਦਾ ਵੀ ਦਿੱਲੀ ਮੋਰਚੇ ਦੇ ਵਿੱਚ ਇਹ ਬਹੁਤ ਤਰੀਕੇ ਨਾਲ ਸੁਚੱਜੇ ਢੰਗ ਦੇ ਨਾਲ ਉੱਥੇ ਜਿਹੜਾ ਮੋਰਚਾ ਹੈ ਉਹਨੂੰ ਕਾਮਯਾਬ ਕਰਦਾ ਹੀ ਅੰਦਰ। ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਰੰਜਨਾ ਸਾਹੀ ਦੀ ਰਿਪੋਰਟ।